ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਜੁੜਾ ਮੇਰਾ ਨਾਮ ਕਿਰਨ ਤੁਸੀਂ ਦੇਖ ਰਹੇ ਹੋ ਦਾ ਹੈਪੀਐਸਟ ਕਪਲ ਕਿਰਨ ਅੱਜ ਕੱਲ ਥੋੜਾ ਹੋਲੇ ਬੋਲਦੇ ਨੇ ਕਿ ਜਿਵੇਂ ਮੈਂ ਬਹੁਤ ਜ਼ਿਆਦੀ ਸ਼ਰੀਫ ਕੁੜੀਆਂ ਮੈਂ ਹੋਲੇ ਬੋਲਦੀ ਹਾਂ ਘਰੇ ਮੇਰਾ ਬਹੁਤ ਲੜਦੇ ਨੇ ਕੈਮਰੇ ਤੋਂ ਬਾਅਦ ਉਹਨਾਂ ਨੂੰ ਪਤਾ ਮੈਂ ਸ਼ਰੀਫ ਹਾਂ ਇਹ ਸ਼ਰੀਫ ਤਾਂ ਹੈਗੀ ਹੋਂ ਲੜਾਕੇ ਬਹੁਤ ਨਹੀਂ 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 ਲੋ ਜੀ ਪਿੰਡ ਪਹੁੰਚ ਗਏ ਆਪਾਂ ਅੱਜ ਕਿਉਂ ਆਏ ਆ ਪਿੰਡ ਕੋਈ ਕਾਰਨ ਨਹੀਂ ਸੀ ਵੀਰੇ ਦਾ ਫੋਨ ਆਇਆ ਕਹਿੰਦਾ ਆ ਜਾ ਯਾਰ ਬੜਾ ਚਿਰ ਹੋ ਗਿਆ ਮੈਂ ਕਿਹਾ ਪਹਿਲਾਂ ਆਇਆ ਸੀ ਮੈਂ ਤੁਸੀਂ ਉੱਧਰ ਰਾਜਪੁਰੇ ਸੀ ਅੱਜ ਕੋਈ ਮੈਨੂੰ ਇੰਨਾ ਖਾਸ ਕੰਮ ਨਹੀਂ ਸੀ ਮੈਂ ਚਲੋ ਜਾਂਦੇ ਹਾਂ ਅੱਜ ਪਿੰਡ ਜਾਂਦੇ ਹਾਂ ਕਿਉਂਕਿ ਸੈਟਰਡੇ ਸੰਡੇ ਨੂੰ ਪਰਮ ਦੀ ਦਵਾਈ ਲੈਣ ਜਾਣਾ ਵੀਰੇ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਤੇ ਇਸ ਕਰਕੇ ਫਿਰ ਮੈਂ ਕਿਹਾ ਆਪਾਂ ਅੱਜ ਹੀ ਹੋ ਆਉਂਦੇ ਹਾਂ ਤਾਂ ਹੁਣ ਪਹੁੰਚ ਗਏ ਪਿੰਡ ਕਣਕ ਵੱਢੀ ਗਈ ਸਾਰੀ ਆਪਣੀ ਖੇਤ ਵਿਹਲੇ ਹੋ ਗਏ ਬਸ ਹੁਣ ਘਰ ਪਹੁੰਚੇ ਭਾਵੇਂ ਕਿੱਥੇ ਜਾ ਰਹੇ ਹੋ ਤਿਆਰ ਹੋਏ ਪਿਓ ਕਿੱਥੇ ਚੱਲੇ ਹੋ ਡੋਸਾ ਖਾਣ ਖਾ ਕੇ ਡੋਸੇ ਵਰਗੀ ਹੋ ਜਾਓ ਹੈ ਵੀਰਾ ਦੇਖ ਕਿਵੇਂ ਫੁੱਲਿਆ ਪਿਆ ਢਿੱਡ ਦੇਖੀ ਵੀਰੇ ਦਾ ਮੇਰੇ ਤੋਂ ਵੀ ਜ਼ਿਆਦਾ ਮੋਟਾ ਹੋਇਆ ਪਿਆ ਕਿਰਨ ਕੌਰੇ ਚੱਲੀਏ ਫਿਰ ਕੀ ਹਾਂ ਸਭ ਕੁਛ ਲੈ ਸਕਦੇ ਜਦੋਂ ਅਸੀਂ ਪਿਛਲੀ ਵਾਰੀ ਆਏ ਸੀ ਉਦੋਂ ਵੀ ਤੁਸੀਂ ਆਪਣੇ ਪੇਕੇ ਸੀ ਅੱਜ ਅਸੀਂ ਆਏ ਅੱਜ ਵੀ ਤੁਸੀਂ ਚੱਲੇ ਹੋ ਪੇਕੇ ਨਹੀਂ ਜਾ ਰਹੇ ਪਰ ਤੁਸੀਂ ਜਾ ਤਾਂ ਰਹੇ ਹੋ ਨਾ ਹਾਂ ਦੇਖਿਆ ਕਿਰਨ ਭਾਬੀ ਹੁਣ ਬਹਿਣਦੇ ਨੀ ਕਿ ਘਰ ਆਪਾਂ ਜਦੋਂ ਵੀ ਆਉਂਦੇ ਹਾਂ ਤਾਂ ਭਾਬੀ ਸਾਨੂੰ ਭਜਾ ਦਿੰਦੇ ਨੇ ਜਾਓ ਕਹਿੰਦੇ ਵੀਰੇ ਯਾਰ ਵੀਰਾ ਜ਼ੋਰ ਬਹੁਤ ਪਾਉਂਦਾ ਆ ਜਾਓ ਆ ਜਾਓ ਆ ਜਾਓ ਆ ਜਾਓ ਨਹੀਂ ਤਾਂ ਮੈਂ ਵੀ ਸੈਟਰਡੇ ਹੀ ਆਉਂਦਾ ਹੁਣ ਸੰਡੇ ਨੂੰ ਫੇਰ ਆਉਣਾ ਪੈਣਾ ਸੰਡੇ ਨੂੰ ਜ਼ਰੂਰੀ ਕੰਮ ਹੈ ਮੈਨੂੰ ਕੋਈ ਰਾਜਪੁਰੇ ਜੇ ਸੈਟਰਡੇ ਆਉਂਦੇ ਫਿਰ ਦੇਖ ਲਾ ਕੱਲ੍ਹ ਸੈਟਰਡੇ ਆ ਜਾਂਦੇ ਸੰਡੇ ਆਉਂਦਾ ਬੜਾ ਆਰਾਮ ਆ ਮੰਡੇ ਨੂੰ ਜਾਂਦੇ ਸਵੇਰ ਸਵੇਰ ਹੁਣ ਭੱਜਣਾ ਪੈ ਰਿਹਾ ਕਿਉਂਕਿ ਕਲਾਸਾਂ ਵੀ ਲਾਉਣੀਆਂ ਜਾ ਕੇ ਬਣ ਗਿਆ ਸੀ ਹੁਣ ਪ੍ਰੋਗਰਾਮ ਕੀ ਕਰਦੇ ਆਹ ਚਲੀਏ ਬੱਚੇ ਗਏ ਹੋਏ ਸਕੂਲ ਭਾਬੀ ਹੋਰਾਂ ਨੇ ਜਾਣਾ ਅੰਮ੍ਰਿਤਸਰ ਬਹੁਤ ਓਕੇ ਫਿਰ ਨੀ ਜਾਣਾ ਸੀ ਹੋਰ ਚੰਗਾ ਚੰਗਾ ਬਾਏ ਮੈਂ ਬੁੱਢਾ ਡਿੱਕੀ ਚ ਰੱਖਦਾ ਪਿੰਡੋ ਪਰਤਾ ਕਹਿੰਦੇ ਉਹ ਪਿੰਡੋ ਪਰਤ ਕੇ ਆ ਗਏ ਰੈਸਟ ਰੁਸਟ ਕੀਤੀ ਕਿੱਥੇ ਕਿਹੜਾ ਬਦਾਮ ਕਿੱਥੇ ਰੱਖੇ ਨੇ ਸਾਹਮਣੇ ਬਈ ਜਹਾਂ ਪਨਾ ਸਾਹਮਣੇ ਮਾਨੇ ਦੇਖਿਆ ਉਹ ਕੌਣ ਇੱਥੇ ਤਾਂ ਗਾਣਾ ਬਣਦਾ ਕਿਰਨ ਤੈਨੂੰ ਛਿੱਲ ਕੇ ਬਦਾਮ ਖਵਾਉਂਦਾ ਨੀ ਠੀਕ ਹੈ ਤੈਨੂੰ ਛਿੱਲ ਕੇ ਬਦਾਮ ਖਵਾਉਂਦਾ ਨੀ ਝੂਟੇ ਕਾਰੇ ਉੱਤੇ ਲੈਂਦਾ ਲਓ ਜੀ ਕਿਰਨ ਨੂੰ ਬਦਾਮ ਛਿੱਲ ਛਿੱਲ ਕੇ ਖਵਾਈਏ ਬੜਾ ਔਖਾ ਬਦਾਮ ਛਿੱਲਣਾ ਉਹ ਵੀ ਗਿੱਲਾ ਬਦਾਮ ਗਿੱਲਾ ਬਦਾਮ ਗਿੱਲਾ ਗਿੱਲਾ ਬਦਾਮ ਲਓ ਜੀ ਪਹਿਲੀ ਵਾਰ ਆਇਆ ਉਸ ਮੋਲ ਦੇ ਵਿੱਚ ਜਿਹੜਾ ਕਰੋਮਾ ਹੈ ਮੈਂ ਅਤੇ ਮੇਰਾ ਦੋਸਤ ਅਤੁਲ ਬਾਈ ਯੇ ਬ੍ਰੋ ਆਪਾਂ ਆਏ ਜੀ ਇੱਥੇ ਪ੍ਰਿੰਟਰ ਲੈਣ ਵਾਸਤੇ ਕਰੋਮਾ ਦੇ ਵਿੱਚ ਪ੍ਰਿੰਟਰ ਆਪਣੇ ਕੋਲ ਹੈ ਨਹੀਂ ਅਤੇ ਜਿਹਦੇ ਕਰਕੇ ਬੜੀ ਲੋੜ ਪੈਂਦੀ ਹੈ ਸੋ ਆਪਾਂ ਪ੍ਰਿੰਟਰ ਇੱਥੋਂ ਦੇਖਦੇ ਹਾਂ ਕਿ ਨਹੀਂ ਕਰੋਮਾ ਇਹ ਬਾਈ ਜੀ ਇੰਜੀਨੀਅਰ ਨੇ ਸੋ ਹੀ ਨੋਜ਼ ਬੈਟਰ ਦੈਨ ਮੀ ਤਾਂ ਬਾਈ ਨੂੰ ਲੈ ਕੇ ਆਇਆ ਮੈਂ ਨਾਲ ਉਹ ਬਾਈ ਸੋਹਣੇ ਸੋਹਣੇ ਕਿੰਨੇ ਹਨ ਮਹਿੰਗਾ ਲੱਗ ਰਿਹਾ ਯਾਰ ਕਿੱਥੇ ਚੱਲ ਗਏ ਇਹ ਬਿਨਾ ਦੱਸੇ ਛਿੱਪੇ ਤੁਸੀਂ ਯਾਰ ਮੈਂ ਫੋਨ ਵੀ ਕਰ ਰਹੀ ਕਦੋਂ ਦੀ ਵੇਟ ਕਰ ਰਹੀ ਹਾਂ ਤੁਹਾਡੀ ਮੈਂ ਪ੍ਰਿੰਟਰ ਲੈਣੀ ਸੀ ਮੈਂ ਤੇ ਅਤੁਲ ਬਾਈ ਦੋਨੋਂ ਜਣੇ ਦਿਸ ਇਜ਼ ਮਾਈ ਨਿਊ ਪ੍ਰਿੰਟਰ ਇੰਨਾ ਟਾਈਮ ਫੋਨ ਵੀ ਨਹੀਂ ਚੱਕ ਰਹੇ ਯਾਰ ਪਤਾ ਕਰੋਮਾ ਗਿਆ ਜਿਹੜਾ ਟੀਕੇ ਸ਼ਾਮਾ ਖੁੱਲੇ ਕਰੋਮਾ ਉਹ ਖੁੱਲਿਆ ਨਹੀਂ ਬੇਸਿਕਲੀ ਕਹਿੰਦੇ ਹਲੇ ਉਹ ਹੈ ਉਹਨੂੰ ਕੀ ਕਹਿੰਦੇ ਉਹਨੂੰ ਅੰਡਰ ਓਪਨਿੰਗ ਸੂਨ ਹੈ ਫਿਰ ਅਸੀਂ ਚਲੇ ਗਏ ਉਹ ਨਿਊ ਮਾਲ ਨਹੀਂ ਬਣਿਆ ਜਿਹਨੂੰ ਮਿੰਟਿੰਗ ਬੁਰਜ ਖਲੀਫਾ ਕਹਿੰਦੇ ਆ ਉੱਥੇ ਕਰੋਮਾ ਗਿਆ ਉੱਥੇ ਪ੍ਰਿੰਟਰ ਐਚਪੀ ਦੇ ਸੀ ਆ ਰਹੇ ਨਹੀਂ ਸੀ ਅੱਛਾ ਫਿਰ ਅਸੀਂ ਚਲੇ ਗਏ 20 ਸੈਕਟਰ
ਜੀ ਸੈਕਟਰ ਗਏ ਆ ਫਿਰ ਉੱਥੇ ਇੱਕ ਦੁਕਾਨ ਤੇ ਸਾਨੂੰ ਦੇਖਿਆ ਪ੍ਰਿੰਟਰ ਵਧੀਆ ਸੀ ਉਹਨੂੰ ਵਧੀਆ ਦੱਸਿਆ ਹਾਂ ਹਾਂ ਲੈ ਜਾਂਦਾ ਅਤੁਲ ਬਾਈ ਵੀ ਨਾਲ ਸੀ ਨਾ ਦੋਨਾਂ ਨੇ ਯਾਰ ਉਹ ਬਹੁਤ ਪਿਆਸ ਲੱਗੀ ਹੈ ਮੈਂ ਬਾਈ ਨੂੰ ਕਿਹਾ ਮੈਂ ਜੂਸ ਪੀਨੇ ਆ ਸ਼ੇਕ ਪੀਨੇ ਕੁਝ ਕਹਿੰਦਾ ਨਹੀਂ ਮੈਂ ਕੁਝ ਨਹੀਂ ਪੀਣਾ ਮੈਂ ਕਿਹਾ ਯਾਰ ਐਂ ਨਾ ਕਰ ਯਾਰ ਕਹਿੰਦਾ ਨਾ ਮੈਂ ਪੀਣਾ ਹੀ ਨਹੀਂ ਮੈਂ ਘਰੇ ਆ ਗਿਆ ਮੈਂ ਵੀ ਨਹੀਂ ਪੀਤਾ ਗਿਆ ਪਿਆਸ ਲੱਗੀ ਬਹੁਤ ਜ਼ਿਆਦਾ ਯਾਰ ਆ ਪ੍ਰਿੰਟਰ ਦਾ ਮੈਨੂੰ ਬੜੀ ਲੋੜ ਸੀ ਯਾਰ ਕਿੱਦਾਂ ਦਾ ਲੱਗਿਆ ਮੇਰਾ ਪ੍ਰਿੰਟਰ ਫਿਰ ਕੈਂਟ ਆ ਇਹ ਕਲਰ ਵੀ ਹੈ ਸਕੈਨਰ ਵੀ ਹੈ ਪ੍ਰਿੰਟਰ ਵੀ ਹੈ ਫੋਟੋ ਕਾਪੀ ਵੀ ਕਰ ਦਿੰਦਾ ਅਤੇ ਆਪਣੀ ਫੋਟੋ ਹੋਵੇ ਉਹ ਵੀ ਕੱਢ ਦੇਗਾ ਫੋਟੋ ਇਹ 7,500 ਪੇਜ ਕੱਢੂਗਾ ਪ੍ਰਿੰਟਿੰਗ ਦੇ ਉਸ ਤੋਂ ਬਾਅਦ ਇੰਕ ਪੈਗੇ ਇਹਦੇ 'ਚ ਇੰਕ ਪੈਗਾ 600-700 ਰੁਪਏ ਦੀ ਸਾਰੀ 7,000 ਕਲਰ ਅਤੇ 7,000 ਬਲੈਕ ਐਂਡ ਵਾਈਟ ਅਲੱਗ ਅਲੱਗ ਮਤਲਬ 14,000-15,000 ਕੱਢੂਗਾ ਬਹੁਤ ਹੁੰਦੇ ਆ 7,000 ਕਿਤੇ ਹੁਣੇ ਨਿਕਲ ਚੱਲੇ ਨੇ ਮੇਰੇ ਕੋਲ ਤਾਂ 2 ਸਾਲ ਨਹੀਂ 3 ਸਾਲ ਨਹੀਂ ਮੁੱਕਣੇ ਇਹ ਹੈ ਨਾ ਚਲੋ ਜੀ ਲਿਆਂਦਾ ਪ੍ਰਿੰਟਰ ਮੈਨੂੰ ਲੋਡ ਬਹੁਤ ਸੀ ਯਾਰ ਕਿਉਂ ਮੈਨੂੰ ਜਾਣਾ ਪੈਂਦਾ ਸੀ ਕਿਉਂਕਿ ਪ੍ਰਿੰਟ ਤੁਹਾਨੂੰ ਪਤਾ ਮੇਰਾ ਕੰਮ ਦਾ ਟਿਕਟਿੰਗ ਵਗੈਰਾ ਬੁਕਿੰਗ ਵਾਊਚਰ ਵਗੈਰਾ ਫਿਰ ਮੈਨੂੰ ਪ੍ਰਿੰਟਰ ਲੈਣ ਦਾ ਦੁਕਾਨ 'ਤੇ ਜਾਣਾ ਪੈਂਦਾ ਸੀ ਜਾਂ ਮੇਲ ਕਰਨੀ ਪੈਂਦੀ ਸੀ ਪਰ ਹੁਣ ਮੈਂ ਇੱਥੇ ਨਿਕਲ ਜਾਇਆ ਕਰਨੀ ਘਰੇ ਬੈਠੇ ਨਾਲ ਵਾਈਫਾਈ ਹੈ ਕਿਰਨੇ ਦੇ 'ਚ ਕੋਈ ਤਾਰ ਤੋਰ ਨਹੀਂ ਲੱਗੀ ਬਸ ਪਲੱਗ ਕਰੋ ਅਤੇ ਵਾਈਫਾਈ ਨਾਲ ਕਨੈਕਟ ਕਰੋ ਬਸ ਖਤਮ ਬੈਸਟ ਪਾਰਟ ਫੋਨ ਨਾਲ ਵੀ ਫੋਨ ਤੋਂ ਵੀ ਪ੍ਰਿੰਟ ਦੇ ਦਿਓ ਫੋਨ ਤੋਂ ਵੀ ਕਮਾਂਡ ਦੇ ਦਿਓ ਲੈਪਟੋਪ ਜਿਸ ਮਰਜ਼ੀ ਕਮਾਂਡ ਦਿਓ ਵੈਸੇ ਕਮਾਂਡ ਦੇਣੀ ਬਸ ਖਤਮ ਕੰਮ ਸਹੀ ਨਹੀਂ ਬੈਸਟ ਚੀਜ਼ ਹੈ ਬਾਕੀ ਇਹਨੂੰ ਮੈਂ ਟੋਲ ਫਰੀ ਨੰਬਰ 'ਤੇ ਉਹ ਕਰਦਾ ਲਿਖਾਨਾ ਅਤੇ ਕੱਲ੍ਹ ਆ ਕੇ ਇੰਸਟਾਲ ਕਰ ਜਾਣਗੇ ਕਿਰਨ ਕਹਿੰਦੀ ਮੈਨੂੰ ਪਾਰਟੀ ਦਿਓ ਤੁਹਾਡੇ ਪ੍ਰਿੰਟਰ ਦੀ ਬਹੁਤ ਤੇਜ਼ ਹੈ ਕਿਰਨ ਨੇ ਅੱਜ ਡਿਨਰ ਨਹੀਂ ਬਣਾਇਆ ਕਿਉਂਕਿ ਮੈਂ ਕਿਰਨ ਨੂੰ ਸੁੱਤੇ ਨੂੰ ਛੱਡ ਕੇ ਚਲਾ ਗਿਆ ਸੀ ਮੈਂ ਕਿਰਨ ਨੂੰ ਦੱਸ ਕੇ ਤਾਂ ਗਿਆ ਸੀ ਕਿ ਮੈਂ ਚੱਲਿਆ ਮੈਂ ਆਇਆ ਵਾ ਥੋੜ੍ਹੀ ਦੇਰ ਤੱਕ ਕਿਉਂਕਿ ਅਸੀਂ ਤਾਂ ਨਾਲ ਜਾਣਾ ਸੀ ਆ 1.5 ਕਿਲੋਮੀਟਰ 'ਤੇ ਘਰੋਂ ਮੈਂ ਪਰ ਮੈਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਮੈਂ 8 ਵਜੇ ਆਇਆ ਅਤੇ ਹੁਣ ਕਿਰਨ ਨਾਰਾਜ਼ ਹੈ ਮੇਰੇ ਨਾਲ ਵੀ ਤੂੰ ਇੰਨਾ ਟਾਈਮ ਕਾਹਤੋਂ ਲਾਇਆ ਜਿਹੜੇ ਹੁਣ ਮੈਂ ਚੱਲਿਆ ਉੱਧਰ ਕਿਰਨ ਨੂੰ ਕੁਛ ਖਵਾ ਕੇ ਲਿਆਉਣਾ ਬਾਹਰੋਂ ਫਿਰ ਕਿਰਨ ਤਾਂ ਹੀ ਮੰਨੂਗੀ ਹੈ ਕਿਰਨ ਕੀ ਖਾਣਾ ਦੱਸੋ ਚਲੋ ਠੀਕ ਹੈ ਆ ਜਾਓ ਦੇਖ ਲਓ ਜੋ ਦੇਖਣਾ ਚਲਦੇ ਜੀ ਪਹਿਲਾਂ ਕਿਰਨ ਨੂੰ ਕੁਛ ਖਵਾ ਕੇ ਲਈਏ ਤਾਂ ਮੇਰਾ ਪ੍ਰਿੰਟਰ ਫਿਰ ਦੇਖ ਲਓ ਇੱਕ ਵਾਰੀ